ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਨੇ ਵੱਡਾ ਟਰੈਕਟਰ ਲਿਆ ਜੀ, ਇਹਦੇ ਵਿੱਚ ਤੁਸੀਂ ਕਾਹਦੇ ਲਾਉਣਾ ਟਰੈਕਟਰ ਜੀ? ਇਹ ਦੇਖੋ ਜੀ, ਆਪਾਂ ਸਾਈਲ ਦਾ ਕੰਮ ਕਰਦੇ ਜੀ, ਆਪਣੇ ਕੋਲ ਮਸ਼ੀਨ ਹੈ ਵੱਡੀ ਤੇ ਨਾਲ ਆਪਾਂ ਨੂੰ ਦਿੱਕਤ ਪੈਂਦੀ ਸੀ ਛੋਟੇ ਸੰਦ ਦੀ, ਤੇ ਜਿੱਥੇ ਵੱਡੀ ਮਸ਼ੀਨ ਨਹੀਂ ਜਾਂਦੀ ਉੱਥੇ ਆਪਾਂ ਨੇ ਇਹ ਮੱਕੀ ਵਾਲੀ ਮਸ਼ੀਨ ਲਾਉਣੀ ਹੈ ਤੇ ਹੋਰ ਰੋ ਲਿਆਂਦੀ ਹੈ। ਤੇ ਬਾਕੀ ਇਹਦੀਆਂ ਸਪੀਡਾਂ ਦਾ ਮੰਨ ਕੇ ਚਲੋ 5 ਸਪੀਡਾਂ ਨੇ ਇਹ। ਹੋਰ ਟਰੈਕਟਰ 'ਚ ਅਸੀਂ ਕਈ 'ਚ ਪਤਾ ਕੀਤਾ, ਸਾਨੂੰ 'ਚ 3 ਸਪੀਡ ਹੀ ਮਿਲਦੇ ਨੇ, ਉਹ ਕਿਸੇ ਦੀ ਸਪੀਡ ਨਹੀਂ। ਇਹ 'ਚ ਹੈਗੀਆਂ ਯਾਨੀ ਕਿ 5 ਸਪੀਡਾਂ ਨੇ, ਉਹਦੇ ਕਰਕੇ ਇੱਕ ਪਹਿਲਾਂ ਸਾਡੀ ਮੈਸੀ ਦੀ ਸਲਾਹ ਸੀਗੀ ਲੈਣ ਦੀ, ਤੇ ਫਿਰ ਇਹਨਾਂ ਬਾਈਆਂ ਨਾਲ ਗੱਲ ਹੋਈ ਫੋਨ 'ਤੇ, ਫਿਰ ਇਹ ਆਏ ਉੱਥੇ, ਇਹਨਾਂ ਨੇ ਸਾਨੂੰ ਇਹਦੇ ਬਾਰੇ ਦੱਸਿਆ। ਜਦੋਂ ਫਿਰ ਇਹਨੇ ਯਾਨੀ ਕਿ ਪਤਾ ਲੱਗਿਆ ਵੀ ਇੱਕ ਇਹਦੀ ਲਿਫਟ ਦਾ ਯਾਨੀ ਕਿ ਲਿਫਟ ਮੰਨ ਕੇ ਚਲੋ ਇਹਦੀ ਹੈਗੀ ਆ 27 ਕੁਇੰਟਲ ਦੀ, ਉਹਦੇ ਕਰਕੇ ਹਾਂ ਉਹਦੇ ਨਾਲ ਫੀਚਰ ਜ਼ਿਆਦਾ ਨੇ। ਅਤੇ ਇੱਕ ਉਹ ਜਿਹੜੀ ਮੈਸੀ ਦਾ ਦੇ ਰਹੇ ਸੀ ਉਹ ਹੈਗਾ 2 wheel ਸੀਗਾ। ਦੇਖੋ ਪਾਵਰ ਵੱਡੀ ਹੈ ਜੀ, ਇੱਕ ਤਾਂ ਜਿਹੜੀਆਂ ਆਮ ਦੀਆਂ ਹੁਣ ਪਾਵਰਾਂ ਛੋਟੀਆਂ ਨੇਗੀਆਂ, ਇੱਕ ਇਹ CRD ਆਪਾਂ ਨੇ ਲਿੱਤਾ ਹੈਗਾ ਵੀ ਜਦੋਂ ਆਪਣੇ ਕੋਈ ਹੈਵੀ ਕੰਮ ਲੈਣਾ ਆਪਾਂ ਹੈਵੀ 'ਤੇ ਲਾ ਲਈਏ, ਉਸ ਤੋਂ ਬਾਅਦ ਆਪਣੇ ਛੋਟਾ ਕੰਮ ਲੈਣਾ ਤਾਂ ਫਿਰ ਛੋਟੀ ਮੋਟਰ 'ਤੇ ਲੱਗ ਜਾਂਦਾ। ਹੁਣ ਅਸੀਂ ਇਹ ਮੱਕੀ ਵਾਲੀ ਮਸ਼ੀਨ 'ਤੇ ਲਾਉਣਾ ਜੀ, ਚਾਰੋ ਹਾਂਜੀ ਹਾਂ ਮੱਕੀ 4 ਫੁੱਟ ਵਾਲੀ 'ਤੇ ਲਾਉਣਾ, ਉਹ 'ਤੇ ਲਗਾਉਣਾ ਹੈ। ਟਰੈਕਟਰ ਤਾਂ ਜੀ ਸਾਨੂੰ ਬਸ ਸਿਰੇ ਹੀ ਲੱਗਦਾ, ਬਾਕੀ ਆਪਣੇ ਯਾਰ ਮਿੱਤਰ ਖੜੇ ਨੇ ਸਾਰੇ, ਇਹ ਕਹਿੰਦੇ ਆਪਣੇ ਟਰੈਕਟਰ ਲੈਣੇ ਹੀ ਇਹ ਆ। ਪਹਿਲਾਂ ਵੀ ਸਾਡੇ ਲਵੇ 60-55 ਚੱਲਦਾ, ਇਹ ਕਹਿੰਦੇ ਆਪਣੇ ਵੀ ਬਸ ਉਹਦੇ ਨਾਲ ਦੀ ਲੈਣਾ ਹੈਗਾ, ਹੁਣ ਫਾਰਮ ਟਰੈਕ ਹੀ ਲੈਣਾ। ਜੌਂਡੀਅਰ ਵੀ ਦੇਖਿਆ ਸੀ ਨੇ, ਹਾਂ ਹਾਂਜੀ ਹਾਂ, ਬਾਕੀ ਤੇਲ ਦਾ ਖਰਚਾ ਬਹੁਤ ਦਾ ਫਰਕ ਹੈ ਨਹੀਂ, ਜੌਂਡੀਅਰ ਨਾਲ ਤਾਂ ਤੇਲ ਦਾ ਬੜਾ ਫਰਕ ਹੈ। ਦਾ ਮੋੜ ਇਹ ਚ 3 ਆ ਗਏ ਬਾਈ, ਬੂਸਟ ਆ ਗਿਆ, ਨਾਰਮਲ ਆ ਗਿਆ, ਇੱਕੋ ਆ ਗਿਆ, ਠੀਕ ਹੈ ਜੀ। ਮੋੜ 3 ਨੇ ਚ ਪਾਵਰ ਘੱਟ ਵੱਧ ਵੀ ਹੁੰਦੀ ਆ। ਬਾਕੀ ਦੀ ਰੋਡ ਸਪੀਡ ਬਹੁਤ ਹੈ, ਸਪੈਸ਼ਲ ਗੇਅਰ ਲੱਗਾ ਹੈ ਇਹਦੇ। ਹਾਂਜੀ ਹਾਂ।